ਵਿਦੇਸ਼ ਜਾਣ ਦਾ ਸੁਪਨਾ ਪੰਜਾਬ ਦੇ ਲਗਭਗ ਹਰ ਗੱਭਰੂ ਦੀਆਂ ਅੱਖਾਂ ਵਿੱਚ ਪਲਦਾ ਹੈ, ਪਰ ਵਿਦੇਸ਼ੋਂ ਜਦੋਂ ਉਹਨਾਂ ਦੇ ਖੈਰ ਖੁਆਰ ਦੀ ਖਬਰ ਦੀ ਥਾਂ 'ਤੇ ਉਹਨਾਂ ਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਪੰਜਾਬ ਰਹਿੰਦੇ ਮਾਪਿਆਂ 'ਤੇ ਕੀ ਬੀਤਦੀ ਹੈ ਇਹ ਉਹੀ ਜਾਣਦੇ ਹਨ। ਨਵਾਂਸ਼ਹਿਰ ਦੇ ਇੱਕ ਪਰਿਵਾਰ 'ਤੇ ਵੀ ਅਜਿਹਾ ਹੀ ਕੁਝ ਬੀਤ ਚੁੱਕਿਆ ਜਦੋਂ ਉਹਨਾਂ ਦੇ ਜਵਾਨ ਪੁੱਤਰ ਦੀ ਮਲੇਸ਼ੀਆ ਵਿੱਚ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਨਵਾਂਸ਼ਹਿਰ ਦਾ ਪਰਮਜੀਤ ਆਪਣੇ ਸਾਥੀਆਂ ਦੇ ਨਾਲ ਰੋਜ਼ੀ ਰੋਟੀ ਕਮਾਉਣ ਲਈ ਮਲੇਸ਼ੀਆ ਗਿਆ ਸੀ। ਉੱਥੇ ਪਹੁੰਚਦੇ ਹੀ ਉਸਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਕਿ ਉਹ ਠੀਕ ਠਾਕ ਪਹੁੰਚ ਗਿਆ ਅਤੇ ਅਗਲੇ ਦਿਨ ਉਸਦੀ ਮੌਤ ਦੀ ਖਬਰ ਉਸਦੇ ਪਰਿਵਾਰ 'ਤੇ ਕਹਿਰ ਬਣ ਕੇ ਡਿੱਗੀ। ਮਲੇਸ਼ੀਆ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸਦੇ ਦੋ ਸਾਥੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ। ਪਰਮਜੀਤ ਦਾ ਵਿਦੇਸ਼ ਜਾਣ ਦਾ ਸੁਪਨਾ ਤਾਂ ਪੂਰਾ ਹੋਇਆ, ਪਰ ਉਹ ਆਪਣੇ ਦੇਸ਼ ਦੇ ਨਾਲ ਨਾਲ ਇਹ ਦੁਨੀਆ ਵੀ ਸਦਾ ਲਈ ਛੱਡ ਗਿਆ ਅਤੇ ਉਸਦੀ ਮੌਤ ਵਿਦੇਸ਼ਾਂ ਵਿੱਚ ਹੋਈਆਂ ਦੂਜੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਵਾਂਗ ਇੱਕ ਰਹੱਸ ਬਣ ਗਈ। ਇਸ ਰਹੱਸ ਤੋਂ ਪਰਦਾ ਕਦੋਂ ਉੱਠੇਗਾ ਉਹ ਵੱਖਰੀ ਗੱਲ ਹੈ, ਪਰ ਉਸਦੇ ਮਾਪਿਆਂ ਨੂੰ ਸ਼ਾਇਦ ਕਦੇ ਵੀ ਸਬਰ ਨਾ ਆਵੇ। ਮਲੇਸ਼ੀਆ ਵਿੱਚ ਇੱਕ ਨੌਜਵਾਨ ਜੀ ਦੀ ਅਚਨਚੇਤ ਮੌਤ ਹੋ ਗਈ ਆ। ਉਹਦੇ ਸੰਬੰਧ ਵਿੱਚ ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਪ੍ਰਸ਼ਾਸਨ ਵੱਲੋਂ ਸੰਵੇਦਨਾ ਕਰਨ ਆਏ ਹਾਂ। ਪਰਮਜੀਤ ਸਿੰਘ ਪਤਾ ਲੱਗਿਆ ਇੱਥੇ ਆ ਕੇ ਕਿ 10-12 ਦਿਨ ਪਹਿਲਾਂ ਹੀ ਮਲੇਸ਼ੀਆ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਅਤੇ 9 ਤਰੀਕ ਨੂੰ ਉਹਨਾਂ ਦੇ ਘਰ ਸੰਡੇ ਵਾਲੇ ਦਿਨ ਫੋਨ ਆਇਆ ਵੀ ਉਹਦੀ ਅਚਾਨਕ ਮੌਤ ਹੋ ਗਈ ਹੈ। ਅਸੀਂ ਪ੍ਰਸ਼ਾਸਨ ਵੱਲੋਂ ਆਏ ਹਾਂ ਵੀ ਪਰਿਵਾਰ ਨੂੰ ਜੇ ਕੋਈ ਬੋਡੀ ਲਿਆਉਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅੜਚਣ ਆ ਰਹੀ ਹੋਵੇ ਤਾਂ ਮਾਨਯੋਗ DC ਸਾਹਿਬ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਲਿਖਵਾ ਦਿੱਤਾ ਜਾਵੇਗਾ, ਬਾਕੀ ਜੋ ਬਣਦੀ ਇਹਨਾਂ ਦੀ ਮਦਦ ਕੀਤੀ ਜਾਵੇ। ਮੇਰਾ ਬ੍ਰਦਰ ਪਰਮਜੀਤ ਸਿੰਘ ਉੱਥੇ 7 ਤਰੀਕ ਨੂੰ ਪਹੁੰਚਿਆ ਅਤੇ 7 ਤਰੀਕ ਨੂੰ ਸਾਨੂੰ ਸ਼ਾਮ ਨੂੰ ਦਾ ਫੋਨ ਆ ਗਿਆ ਵੀ ਮੈਂ ਠੀਕ ਠਾਕ ਪਹੁੰਚ ਗਿਆ। ਉਹਦੇ ਬਾਅਦ 8 ਤਰੀਕ ਨੂੰ ਸਵੇਰ ਨੂੰ ਸਾਨੂੰ ਦੁਬਾਰਾ ਫੇਰ ਫੋਨ ਆਇਆ ਵੀ ਮੈਂ ਠੀਕ ਠਾਕ ਹਾਂ, ਅਸੀਂ ਉਹਨੂੰ ਪੈਸੇ ਦੇ ਦਿੱਤੇ ਆ। ਅਤੇ 9 ਤਰੀਕ ਨੂੰ ਸਾਨੂੰ ਸਵੇਰੇ 5 ਵਜੇ ਫੋਨ ਆ ਰਿਹਾ ਵੀ ਤੁਹਾਡਾ ਬ੍ਰਦਰ ਇੱਧਰ ਕਰਕੇ ਪੂਰਾ ਹੋ ਗਿਆ। ਮੇਰਾ ਕਾਕਾ ਪਰਮਜੀਤ ਮਲੇਸ਼ੀਆ ਗਿਆ ਸੀਗਾ 7 ਤਰੀਕ ਨੂੰ, 7 ਤਰੀਕ ਨੂੰ ਪਹੁੰਚ ਗਿਆ ਸੀਗਾ, 8 ਤਰੀਕ ਨੂੰ ਸਾਨੂੰ ਫੋਨ ਆ ਗਿਆ ਕਿ ਮੈਂ ਮਲੇਸ਼ੀਆ ਪਹੁੰਚ ਗਿਆ। ਉਹੀ 4 ਵਜੇ ਫੋਨ ਆਇਆ ਸੀਗਾ ਕਿ ਮੈਂ ਠੀਕ ਠਾਕ ਹਾਂ, ਇਹਨਾਂ ਨੂੰ ਪੈਸੇ ਦੇ ਦਿਓ। ਅਸੀਂ ਪੈਸੇ ਸ਼ਾਮ ਨੂੰ ਦੇ ਦਿੱਤੇ ਗਏ ਆ, ਬਾਅਦ 'ਚ ਸਾਨੂੰ ਨਹੀਂ ਪਤਾ ਕਿਆ ਹੋਇਆ ਕਿਆ ਨਹੀਂ ਹੋਇਆ। ਬਸ ਸਵੇਰੇ 7 ਵਜੇ ਸਾਨੂੰ ਪਤਾ ਲੱਗਿਆ ਹੈਗਾ, ਫੋਨ ਆਇਆ ਹੈਗਾ ਇਹਦੀ ਮਾਂ ਦਾ ਕਿ ਤੁਹਾਡੇ ਬੱਚੇ ਦੀ ਮੌਤ ਹੋ ਗਈ ਹੈਗੀ ਆ। ਅਤੇ ਪ੍ਰਸ਼ਾਸਨ ਦੇ ਬੰਦੇ ਸਾਨੂੰ ਕਹਿ ਕੇ ਗਏ ਆ ਐਪਲੀਕੇਸ਼ਨ ਦਿਓ, ਅਸੀਂ ਜੋ ਵੀ ਬਣਦੀ ਕਾਰਵਾਈ ਕਰਦੇ ਹਾਂ। ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਸਾਡੀ ਮਦਦ ਜਿੰਨੀ ਵੀ ਹੋ ਸਕੇ ਕਰੀ। ਨਵਾਂਸ਼ਹਿਰ ਤੋਂ ਸੁਖਜਿੰਦਰ ਸੁੱਖਾ ਦੇ ਨਾਲ ਬਿਊਰੋ ਰਿਪੋਰਟ, KTV।